ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਵਿਕਾਸ ਕਮਿਸ਼ਨ ਭਰਤੀ 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਿਸ ਦੇ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 28/3/2024 ਹੈ। ਇਸ ਦੇ ਵਿੱਚ ਤੁਸੀਂ ਅਗਰ ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਟ ਹੋ, ਤਾਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕਿਵੇਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਪੂਰੀ ਦੇਖਿਓ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਚਲਦੇ ਹਾਂ ਨੋਟੀਫਿਕੇਸ਼ਨ ਤੇ। ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਅੰਡਰ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ। ਟੋਟਲ 34 ਪੋਸਟਾਂ ਇਸ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ। ਅਗਰ ਗੱਲ ਕਰੀਏ ਪੋਸਟਾਂ ਦੀ ਤਾਂ ਇਸ ਦੇ ਵਿੱਚ ਐਡਵਾਈਜ਼ਰ, ਜੁਆਇੰਟ ਐਡਵਾਈਜ਼ਰ ਅਤੇ ਸੀਨੀਅਰ ਰਿਸਰਚ ਆਫੀਸਰ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ, ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਅੰਡਰ। ਇਹ ਕੰਟਰੈਕਚੁਅਲ ਬੇਸਿਸ ਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਅਗਰ ਗੱਲ ਕਰੀਏ ਵੈਕੈਂਸੀਜ਼ ਦੀ ਕਿ ਕਿੰਨੀਆਂ ਨੇ, ਤਾਂ ਐਡਵਾਈਜ਼ਰ ਦੀਆਂ ਟੋਟਲ 8 ਵੈਕੈਂਸੀਜ਼ ਨੇ, ਜੁਆਇੰਟ ਐਡਵਾਈਜ਼ਰ ਦੀਆਂ 11 ਵੈਕੈਂਸੀਜ਼ ਨੇ ਅਤੇ ਸੀਨੀਅਰ ਰਿਸਰਚ ਆਫੀਸਰ ਦੀਆਂ 15 ਵੈਕੈਂਸੀਜ਼ ਜਿਹੜੀਆਂ ਉਹ ਆਊਟ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਲਈ ਤੁਸੀਂ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਉਹ ਸਬਮਿਟ ਕਰਵਾਉਣੀਆਂ ਹੋਣਗੀਆਂ 28/3/2024 ਤੋਂ ਪਹਿਲਾਂ ਪਹਿਲਾਂ। ਇਹਦੀ ਫੁੱਲ ਨੋਟੀਫਿਕੇਸ਼ਨ ਜੋ ਹੋਏਗੀ ਉਹ ਇਹਨਾਂ ਦੇ pbplanning.gov.in ਵੈਬਸਾਈਟ ਤੇ ਜਿਹੜੀ ਹੈ ਉਹ ਅਪਲੋਡ ਕਰ ਦਿੱਤੀ ਜਾਏਗੀ। ਇਸ ਦੇ ਵਿੱਚ ਤੁਸੀਂ ਆਪਣਾ ਇੱਕ ਸੀਵੀ ਜਿਹੜਾ ਹੈਗਾ ਉਹ ਰਜਿਸਟਰਡ ਪੋਸਟ ਦੁਆਰਾ ਸੈਂਡ ਕਰਨਾ ਹੋਏਗਾ ਸੈਕਟਰੀ ਪੰਜਾਬ ਡਿਵੈਲਪਮੈਂਟ ਕਮਿਸ਼ਨ, ਗਵਰਨਮੈਂਟ ਆਫ ਪੰਜਾਬ, ਵਿਟ ਟੀ, ਯੋਜਨਾ ਭਵਨ, ਪਲਾਟ ਨੰਬਰ 2B, ਸੈਕਟਰ 33A, ਚੰਡੀਗੜ੍ਹ ਦੇ ਲਈ। ਔਰ ਤੁਸੀਂ ਆਪਣੇ ਸੇਮ ਸੀਵੀ ਡਾਕੂਮੈਂਟ ਜਿਹੜੇ ਹੈ ਉਹ ਈਮੇਲ ਵੀ ਜਿਹੜੇ ਹੈ ਉਹ ਕਰਨੇ ਹੋਣਗੇ। ਇਹਨਾਂ ਨੇ ਆਪਣਾ ਈਮੇਲ ਐਡਰੈਸ ਜਿਹੜਾ ਹੈਗਾ ਉਹ ਦਿੱਤਾ ਹੈ, ਇਹਨਾਂ ਈਮੇਲ ਐਡਰੈਸ ਤੇ ਤੁਸੀਂ ਆਪਣਾ ਸੀਵੀ ਜਿਹੜਾ ਹੈਗਾ ਉਹ ਈਮੇਲ ਵੀ ਕਰਨਾ ਹੋਏਗਾ। ਪੋਸਟਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਐਡਵਾਈਜ਼ਰ ਦੀਆਂ 8 ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਜੁਆਇੰਟ ਐਡਵਾਈਜ਼ਰ ਦੀਆਂ 11 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਔਰ ਸੀਨੀਅਰ ਰਿਸਰਚ ਆਫੀਸਰ ਦੀਆਂ 15 ਪੋਸਟਾਂ ਜਿਹੜੀਆਂ ਉਹ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਜੋ ਸੈਲਰੀ ਰਹਿਣ ਵਾਲੀ ਹੈ ਐਡਵਾਈਜ਼ਰ ਦੇ ਲਈ 2,65,000 ਰੁਪਇਆ, ਜੁਆਇੰਟ ਐਡਵਾਈਜ਼ਰ ਦੇ ਐਡਵਾਈਜ਼ਰ ਦੇ ਲਈ 2,20,000 ਰੁਪਇਆ ਅਤੇ ਸੀਨੀਅਰ ਰਿਸਰਚ ਆਫੀਸਰ ਦੇ ਲਈ 1,25,000 ਰੁਪਇਆ ਜਿਹੜੀ ਹੈ ਉਹ ਸੈਲਰੀ ਰਹਿਣ ਵਾਲੀ ਹੈ। ਲੇਕਿਨ ਇਹ ਜੋ ਪੋਸਟਾਂ ਨੇ ਕੰਟਰੈਕਚੁਅਲ ਬੇਸਿਸ ਤੇ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਐਡਵਾਈਜ਼ਰ ਦੇ ਲਈ ਐਟ ਲੀਸਟ ਮਾਸਟਰ ਡਿਗਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, ਔਰ ਐਕਸਪੀਰੀਅੰਸ ਤੁਹਾਡਾ 15 ਸਾਲ ਦਾ ਜਿਹੜਾ ਇਸ ਦੇ ਵਿੱਚ ਐਕਸਪੀਰੀਅੰਸ ਤੁਹਾਡਾ ਮੰਗਿਆ ਗਿਆ ਹੈ। ਉਸ ਤੋਂ ਬਾਅਦ ਜੁਆਇੰਟ ਐਡਵਾਈਜ਼ਰ ਦੀ ਗੱਲ ਕਰੀਏ ਤਾਂ ਐਟਲੀਸਟ ਮਾਸਟਰ ਡਿਗਰੀ ਜਿਹੜੀ ਆ ਤੁਹਾਡੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, ਔਰ 10 ਈਅਰ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਜਿਹੜਾ ਉਹ ਹੋਣਾ ਚਾਹੀਦਾ ਹੈ। ਸੀਨੀਅਰ ਰਿਸਰਚ ਆਫੀਸਰ ਦੀ ਗੱਲ ਕਰੀਏ ਤਾਂ ਐਟਲੀਸਟ ਮਾਸਟਰ ਡਿਗਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, ਅਤੇ 5 ਈਅਰ ਦਾ ਤੁਹਾਡਾ ਜਿਹੜਾ ਹੈਗਾ ਉਹ ਐਕਸਪੀਰੀਅੰਸ ਕਾਊਂਟ ਜਿਹੜਾ ਇਸ ਦੇ ਵਿੱਚ ਕੀਤਾ ਜਾਏਗਾ। ਅਗਰ ਏਜ ਲਿਮਿਟ ਦੀ ਗੱਲ ਕਰੀਏ ਤਾਂ ਐਡਵਾਈਜ਼ਰ ਦੇ ਲਈ ਨਾਟ ਲੈਸ ਦੈਨ 35 ਔਰ ਮੈਕਸੀਮਮ ਤੁਹਾਡੀ ਜਿਹੜੀ ਹੈ ਉਹ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਔਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੁਆਇੰਟ ਐਡਵਾਈਜ਼ਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮਿਨੀਮਮ 33 ਸਾਲ ਹੈ ਔਰ ਮੈਕਸੀਮਮ 50 ਸਾਲ ਉਮਰ ਜਿਹੜੀ ਹੈ ਉਹ ਕਹੀ ਗਈ ਹੈ। ਸੀਨੀਅਰ ਰਿਸਰਚ ਆਫੀਸਰ ਦੀ ਗੱਲ ਕਰੀਏ
ਤਾਂ ਇਸ ਦੇ ਵਿੱਚ ਮਿਨੀਮਮ 26 ਸਾਲ ਔਰ ਮੈਕਸਿਮਮ 40 ਸਾਲ ਉਮਰ ਜਿਹੜੀ ਹੈ ਉਹ ਇਸ ਦੇ ਵਿੱਚ ਤੁਹਾਡੀ ਰੱਖੀ ਗਈ ਹੈ ਔਰ ਗਵਰਨਮੈਂਟ ਨੋਰਮਸ ਦੇ ਅੰਡਰ ਇਸ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਜਿਹੜਾ ਰਿਲੈਕਸੇਸ਼ਨ ਵੀ ਜਿਹੜਾ ਉਹ ਦਿੱਤਾ ਜਾਏਗਾ। ਤੋ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡੇ ਨੰਬਰ ਕਾਊਂਟ ਕੀਤੇ ਜਾਣਗੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ 20 ਨੰਬਰ ਲੱਗਣੇ ਨੇ, ਐਕਸਪੀਰੀਅੰਸ ਦੇ 25 ਨੰਬਰ ਨੇ ਔਰ ਪ੍ਰੀ ਵਰਕ ਕੇਸ ਸਟੱਡੀ ਵਰਕ ਸੈਂਪਲ ਰਿਟਨ ਟੈਸਟ ਜਿਹੜਾ ਉਸਦਾ 15 ਨੰਬਰ ਜਿਹੜੇ ਲੱਗਣਗੇ, ਇੰਟਰਵਿਊ ਜਿਹੜਾ ਉਹ 40 ਨੰਬਰ ਦਾ ਤੁਹਾਡਾ ਜਿਹੜਾ ਇਸ ਦੇ ਵਿੱਚ ਇੰਟਰਵਿਊ ਜਿਹੜਾ ਹੈਗਾ ਉਹ ਲਿੱਤਾ ਜਾਏਗਾ। ਅਗਰ ਤੁਸੀਂ ਇਹਨਾਂ ਦੀ ਪੂਰੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰਕੇ ਅੱਛੀ ਤਰ੍ਹਾਂ ਪੜ੍ਹ ਲਿਓ ਔਰ ਬਾਅਦ ਵਿੱਚ ਹੀ ਇਸ ਦੇ ਵਿੱਚ ਅਪਲਾਈ ਕਰਿਓ। ਉਹੀ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰਨਗੇ ਜੋ ਇਹਨਾਂ ਕੁਆਲੀਫਿਕੇਸ਼ਨ ਨੂੰ ਫੁਲਫਿਲ ਕਰਦੇ ਨੇ। ਅਗਰ ਤੁਸੀਂ ਲਿਜੀਬਲ ਹੋ ਤਾਂ ਇਸ ਦੇ ਵਿੱਚ ਜ਼ਰੂਰ ਜਿਹੜਾ ਹੈਗਾ ਉਹ ਅਪਲਾਈ ਕਰਿਓ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।